ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਬੀਜੇਪੀ ਦਾ ਝੰਡਾ ਲੈ ਕੇ ਕੁਝ ਲੋਕ ਵੜ ਗਏ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਰਾਹੁਲ ਗਾਂਧੀ ਨੂੰ ਸੁਰੱਖਿਅਤ ਬੱਸ ਦੇ ਵਿੱਚ ਭੇਜ ਦਿੱਤਾ। ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੋਇਆ ਹੈ, ਸੁਰੱਖਿਆ ਕਰਮੀਆਂ ਨੇ ਬੱਸ ਦੇ ਵਿੱਚ ਵਾਪਸ ਭੇਜਤਾ। ਤਸਵੀਰਾਂ ਦਿਖਾ ਰਿਹਾ ਤੁਹਾਨੂੰ, ਇਹਨਾਂ ਤਸਵੀਰਾਂ ਦੇ ਵਿੱਚ ਕੁਝ ਲੋਕ ਬੀਜੇਪੀ ਦਾ ਝੰਡਾ ਅਤੇ ਭਗਵਾ ਝੰਡਾ ਲੈ ਕੇ ਇਸ ਯਾਤਰਾ ਦੇ ਵਿੱਚ ਵੜ ਜਾਂਦੇ ਨੇ। ਤੁਹਾਨੂੰ ਪਤਾ ਹੋਵੇਗਾ ਜਿਵੇਂ ਕਿ ਰਾਹੁਲ ਗਾਂਧੀ ਦੇ ਵੱਲੋਂ ਪਹਿਲਾਂ ਭਾਰਤ ਜੋੜੋ ਯਾਤਰਾ ਕੀਤੀ ਗਈ ਸੀ ਤੇ ਹੁਣ ਰਾਹੁਲ ਗਾਂਧੀ ਦੇ ਵੱਲੋਂ ਭਾਰਤ ਜੋੜੋ ਨਿਆਂ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ ਮਣੀਪੁਰ ਤੋਂ ਮੁੰਬਈ ਤੱਕ ਕੱਢੀ ਜਾਵੇਗੀ ਤੇ ਹੁਣ ਅਸਮ ਦੇ ਵਿੱਚ ਸੀ ਇਸ ਵੇਲੇ ਇਹ ਯਾਤਰਾ ਕੱਢੀ ਜਾ ਰਹੀ ਸੀ। ਰਾਹੁਲ ਗਾਂਧੀ ਵੀ ਮੌਕੇ ਤੇ ਮੌਜੂਦ ਸੀ ਕਿ ਕੁਝ ਲੋਕ ਬੀਜੇਪੀ ਦਾ ਝੰਡਾ ਲੈ ਕੇ ਇਸ ਯਾਤਰਾ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਉੱਚੀ ਉੱਚੀ ਨਾਰੇ ਲਾਉਣ ਲੱਗ ਜਾਂਦੇ ਨੇ, ਜਿਸ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਜਿਵੇਂ ਹੀ ਬੱਸ 'ਚੋਂ ਬਾਹਰ ਨਿਕਲਦੇ ਨੇ ਉਹਨਾਂ ਨੂੰ ਫਟਾਫਟ ਬੱਸ ਦੇ ਅੰਦਰ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਭੀੜ ਭੜੱਕਾ ਤੁਸੀਂ ਦੇਖ ਰਹੇ ਹੋ, ਫੜਾ ਤਫੜੀ ਦਾ ਮਾਹੌਲ ਬਣ ਜਾਂਦਾ ਹੈ। ਤਾਂ ਕਾਂਗਰਸ ਸਾਂਸਦ ਰਾਹੁਲ ਗਾਂਧੀ 'ਤੇ ਹਮਲਾ ਹੋਣ ਦੀ ਸੂਚਨਾ ਮਿਲੀ ਸੀ ਤਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੇ ਵਿੱਚ ਬੀਜੇਪੀ ਦਾ ਝੰਡਾ ਲੈ ਕੇ ਕੁਝ ਲੋਕ ਵੜ ਜਾਂਦੇ ਨੇ, ਤਾਂ ਜਿਸ ਤੋਂ ਬਾਅਦ ਮਾਹੌਲ ਖਰਾਬ ਹੋ ਜਾਂਦਾ ਹੈ, ਪੂਰੀ ਯਾਤਰਾ ਰੋਕ ਦਿੱਤੀ ਜਾਂਦੀ ਹੈ। ਜਿਹੜੀ ਬੱਸ ਨਾਲ ਚੱਲ ਰਹੀ ਹੁੰਦੀ ਹੈ ਉਸ ਦੇ ਵਿੱਚ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਜਾਂਦਾ ਹੈ। ਹਥਿਆਰਬੰਦ ਸੁਰੱਖਿਆ ਕਰਮੀ ਕੁਝ ਹੀ ਸਕਿੰਟਾਂ ਦੇ ਅੰਦਰ ਐਕਸ਼ਨ ਲੈਂਦੇ ਨੇ ਤੇ ਰਾਹੁਲ ਗਾਂਧੀ ਨੂੰ ਅੰਦਰ ਭੇਜ ਦਿੰਦੇ ਨੇ ਬੱਸ ਦੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਸਮ ਦੇ ਸੋਨਿਤਪੁਰ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਬੱਸ ਤੋਂ ਜਿਵੇਂ ਹੀ ਰਾਹੁਲ ਗਾਂਧੀ ਹੇਠਾਂ ਉਤਰਦੇ ਨੇ ਤਾਂ ਨਾਲ ਦੀ ਨਾਲ ਹੀ ਕੁਝ ਲੋਕ ਉਹਨਾਂ ਦੀ ਯਾਤਰਾ ਦੇ ਵਿੱਚ ਬੀਜੇਪੀ ਦਾ ਝੰਡਾ ਅਤੇ ਭਗਵਾ ਝੰਡਾ ਲੈ ਕੇ ਵੜ ਜਾਂਦੇ ਨੇ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਤਾਂ ਵੱਡੀ ਖਬਰ ਹੈ, ਦੇਖੋ ਇਹ ਤਸਵੀਰਾਂ ਜੋ ਅਸਮ ਤੋਂ ਸਾਹਮਣੇ ਆ ਰਹੀਆਂ ਨੇ।